ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿਗ ਬੌਸ 13 ਦੀ। ਬਿਗ ਬੌਸ ਦੇ ਸੀਜ਼ਨ 13 ਨੂੰ ਲੈ ਕੇ ਹੁਣ ਇਹ ਚਰਚਾਵਾਂ ਤੇਜ਼ ਹੋ ਰਹੀਆਂ ਕਿ ਬਿਗ ਬੌਸ ਸੀਜ਼ਨ 13 ਫਿਕਸ ਹੈ ਅਤੇ ਸਿਧਾਰਥ ਸ਼ੁਕਲਾ ਨੂੰ ਹੀ ਇਸ ਸੀਜ਼ਨ ਦਾ ਵਿਨਰ ਬਣਾਇਆ ਜਾਣਾ ਹੈ, ਕਿਉਂਕਿ ਸਿਧਾਰਥ ਨੂੰ ਲੋਕਾਂ ਦਾ ਸਪੋਰਟ ਤਾਂ ਮਿਲ ਹੀ ਰਿਹਾ, ਨਾਲ ਨਾਲ ਕੁਝ ਸੈਲੀਬ੍ਰਿਟੀਜ਼ ਦਾ ਸਪੋਰਟ ਵੀ ਸਿਧਾਰਥ ਨੂੰ ਮਿਲ ਰਿਹਾ ਹੈ ਅਤੇ ਸ਼ੋਅ ਦੇ ਮੇਕਰਸ ਸਿਧਾਰਥ ਦੀਆਂ ਗਲਤੀਆਂ 'ਤੇ ਪਰਦਾ ਪਾਉਂਦੇ ਰਹਿੰਦੇ ਹੈ ਅਤੇ ਸ਼ੋਅ ਦੇ ਮੇਕਰਸ ਦਾ ਵੀ ਖੁੱਲ੍ਹ ਕੇ ਸਪੋਰਟ ਸਿਧਾਰਥ ਸ਼ੁਕਲਾ ਨੂੰ ਹੀ ਮਿਲਦਾ ਪਿਆ। ਜੇਕਰ ਫੈਨਿਜ਼ਮ ਦੀ ਗੱਲ ਕਰੀਏ ਤਾਂ ਸਿਧਾਰਥ ਸ਼ੁਕਲਾ ਤੋਂ ਕਾਫ਼ੀ ਅੱਗੇ ਆਸਿਮ ਰਿਆਜ਼ ਜਾ ਰਹੇ ਹੈ, ਪਰ ਕਿਉਂਕਿ ਸਿਧਾਰਥ ਸ਼ੁਕਲਾ ਦੀ ਮੇਕਰਸ ਨਾਲ ਜ਼ਿਆਦਾ ਬਣਦੀ ਹੈ, ਇਸ ਕਰਕੇ ਸਿਧਾਰਥ ਸ਼ੁਕਲਾ ਨੂੰ ਹੀ ਇਸ ਸ਼ੋਅ ਦਾ ਵਿਨਰ ਬਣਾਇਆ ਜਾਏਗਾ। ਇਸ ਪੂਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾਵਾਂ ਕਾਫ਼ੀ ਤੇਜ਼ ਹੋ ਰਹੀਆਂ ਅਤੇ ਫਿਲਮ ਇੰਡਸਟਰੀ ਦੇ ਕੁਝ ਸੈਲੀਬ੍ਰਿਟੀਜ਼ ਵੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਇਸ ਚਰਚਾ ਦੇ ਵਿੱਚ ਆਪਣੀ ਰਾਏ ਦੇ ਰਹੇ ਹੈ। ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਕੇਸਵਾਰ ਦਾ ਬਿਗ ਬੌਸ ਸੀਜ਼ਨ ਫਿਕਸ ਹੈ ਕਿ ਸੀਜ਼ਨ 13 ਦਾ ਵਿਨਰ ਪਹਿਲਾਂ ਤੋਂ ਹੀ ਹੈ ਫਿਕਸ? ਜੀ ਹਾਂ, ਲੋਕਾਂ ਨੇ ਤਾਂ ਸੋਸ਼ਲ ਮੀਡੀਆ 'ਤੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਸਿਧਾਰਥ ਸ਼ੁਕਲਾ ਨੂੰ ਹੀ ਬਿਗ ਬੌਸ ਦਾ ਫਿਕਸ ਵਿਨਰ ਬਣਾਇਆ ਜਾਊਗਾ, ਕਿਉਂਕਿ ਬਿਗ ਬੌਸ ਦੇ ਮੇਕਰਸ ਸਿਧਾਰਥ ਸ਼ੁਕਲਾ ਦੀਆਂ ਗਲਤੀਆਂ ਦੇ ਬਾਵਜੂਦ ਵੀ ਉਹਦੇ 'ਤੇ ਕੋਈ ਐਕਸ਼ਨ ਨਹੀਂ ਲੈ ਰਹੇ। ਬਿਗ ਬੌਸ ਦੇ ਕੁਝ ਐਕਸ ਕੰਟੈਸਟੈਂਟਸ ਨੇ ਵੀ ਇਸ ਫਿਕਸੇਸ਼ਨ ਤੇ ਆਪਣੀ ਸਟੈਂਪ ਲਗਾ ਦਿੱਤੀ ਹੈ। ਬਿਗ ਬੌਸ ਦੇ ਐਕਸ ਕੰਟੈਸਟੈਂਟ ਕਮਲ ਰਸ਼ੀਦ ਖਾਨ ਨੇ ਤਾਂ ਸੋਸ਼ਲ ਮੀਡੀਆ ਤੇ ਲਾਈਵ ਪੋਲ ਵੀ ਕਰਵਾ ਦਿੱਤਾ, ਜਿਸ ਦੇ ਆਧਾਰ ਤੇ ਸਭ ਤੋਂ ਜ਼ਿਆਦਾ ਵੋਟਸ ਅਸੀਮ ਰਿਆਜ਼ ਨੂੰ ਮਿਲੀਆਂ, ਜਿਸ ਤੋਂ ਬਾਅਦ ਕਮਲ ਰਸ਼ੀਦ ਖਾਨ ਨੇ ਟਵੀਟ ਕਰਕੇ ਕਿਹਾ, ਸਰਵੇ ਰਿਜ਼ਲਟ 62,000 ਪਲੱਸ ਪੀਪਲ ਹੈਵ ਵੋਟਡ ਵਿਦ ਇਨ 10 ਆਵਰਸ ਟੂ ਕਨਫਰਮ ਦੈਟ ਅਸੀਮ ਰਿਆਜ਼ ਸ਼ੁਡ ਵਿਨ ਬਿਗ ਬੌਸ 13। ਬਟ ਥੈਂਕਸ ਟੂ ਕਲਰ ਟੀਵੀ ਹੈਡ ਮਨੀਸ਼ਾ ਦੈਟ ਸਿਧਾਰਥ ਸ਼ੁਕਲਾ ਵਿਲ ਬਿਕਮ ਦਾ ਵਿਨਰ। ਤੁਹਾਨੂੰ ਦੱਸ ਦਈਏ ਕਿ ਬਿਗ ਬੌਸ 13 ਦੇ ਫੈਨ ਪੇਜ ਤੇ ਦਾਅਵਾ ਕੀਤਾ ਜਾ ਰਿਹਾ ਕਿ ਕਲਰ ਟੀਵੀ ਦੀ ਕੰਟੈਂਟ ਹੈਡ ਮਨੀਸ਼ਾ ਸ਼ਰਮਾ ਸਿਧਾਰਥ ਸ਼ੁਕਲਾ ਦੀ ਗਰਲਫ੍ਰੈਂਡ ਹੈ, ਇਸ ਲਈ ਸਿਧਾਰਥ ਦਾ ਪੱਖ ਲਿੱਤਾ ਜਾ ਰਿਹਾ ਤੇ ਸਲਮਾਨ ਖਾਨ ਵੀ ਸਿਧਾਰਥ ਦੀ ਗਲਤੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਪੱਖ ਲੈ ਰਹੇ ਨੇ। ਇਹੀ ਵਜ੍ਹਾ ਹੈ ਕਿ ਸਿਧਾਰਥ ਹੱਥੋਂ ਪਾਈ ਵੀ ਕਰਦਾ ਤਾਂ ਵੀ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਇਹ ਸਭ ਮਨੀਸ਼ਾ ਦੀ ਵਜ੍ਹਾ ਨਾਲ ਪੋਸੀਬਲ ਹੈ। ਸ਼ੋਅ ਦੀ ਐਕਸ ਕੰਟੈਸਟੈਂਟ ਗੋਹਰ ਖਾਨ ਨੇ ਵੀ ਟਵੀਟ ਕੀਤਾ, ਗੰਦਾ ਬੋਲਾ ਹੈ, ਬੋਲਾ ਹੈ, ਬੋਲਾ ਹੈ, ਗੁੱਡ ਓਪਰਚੁਨਿਟੀ ਗਿਵਨ ਟੂ ਕਲੈਰੀਫਾਈ, ਸਿਰਫ ਇੱਕ ਹੀ ਇਨਸਾਨ ਬੋਲਦਾ ਹੈ, ਸਿਧਾਰਥ ਸ਼ੁਕਲਾ ਸ਼ੋਅ, ਨੋਟ ਬਿਗ ਬੌਸ। ਗੋਹਰ ਖਾਨ ਨੇ ਕਿਹਾ ਹੈ ਕਿ ਇਹ ਬਿਗ ਬੌਸ ਨਹੀਂ ਸਿਧਾਰਥ ਸ਼ੁਕਲਾ ਸ਼ੋਅ ਹੈ, ਮਨੀਸ਼ਾ ਦੀ ਬਦੌਲਤ ਸਿਧਾਰਥ ਖਤਰੋਂ ਕੇ ਖਿਲਾੜੀ ਵੀ ਜਿੱਤਿਆ ਸੀ। ਸਿਧਾਰਥ ਸ਼ੁਕਲਾ ਦਾ ਪੱਖ ਲੈਣ ਵਿੱਚ ਤੇ ਉਹਦੀ ਇਮੇਜ ਵਧੀਆ ਦਿਖਾਉਣ ਵਿੱਚ ਮੇਕਰਸ ਕੋਈ ਵੀ ਕਮੀ ਨਹੀਂ ਛੱਡ ਰਹੇ। ਬਿਗ ਬੌਸ ਦਾ ਇਹ ਸੀਜ਼ਨ 13 ਕਾਫ਼ੀ ਬਾਇਸ ਸੀਜ਼ਨ ਮੰਨਿਆ ਜਾ ਰਿਹਾ ਹੈ। ਹੁਣ ਬਿਗ ਬੌਸ ਸੀਜ਼ਨ 13 ਵਾਕਈ ਫਿਕਸ ਹੈ ਜਾਂ ਫਿਰ ਸੋਸ਼ਲ ਮੀਡੀਆ 'ਤੇ ਇਹਦੇ ਫਿਕਸ ਹੋਣ ਦੀ ਸਿਰਫ ਅਫਵਾਹ ਫੈਲਾਈ ਜਾ ਰਹੀ ਹੈ? ਤੁਹਾਡੀ ਕੀ ਇਹ ਰਾਏ ਇਸ ਬਾਰੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ, ਅਤੇ ਹੋਰ ਨਵੀਆਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ, ਅਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ,
ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲਾਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ